ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਅਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਜਿਹੜਾ ਵੱਧ ਰਿਹਾ ਤਾਪਮਾਨ ਹੈ ਦਿਨੋਂ ਦਿਨ। ਹਰ ਸਾਲ ਥੋੜ੍ਹਾ ਬਹੁਤਾ 1-2 ਡਿਗਰੀ ਟੈਂਪਰੇਚਰ ਜਿਹੜਾ ਮੇਨ ਟੈਂਪਰੇਚਰ ਐਵਰੇਜ ਤਾਪਮਾਨ ਹੈ ਜਿਹੜਾ ਉਹ ਵੱਧ ਜਾਂਦਾ, ਉਹਦਾ ਕੀ ਪ੍ਰਭਾਵ ਪੈਂਦਾ, ਉਹਨੂੰ ਆਪਾਂ ਕਣਕ ਦੀ ਫਸਲ ਨੂੰ ਉਹਦੇ ਤੋਂ ਬਚਾ ਕਿਸ ਤਰ੍ਹਾਂ ਸਕਦੇ ਹਾਂ, ਉਹਦੇ ਬਾਰੇ ਮੈਂ ਨੁਕਤੇ ਸਾਂਝੇ ਕਰੂੰਗਾ। ਜੇ ਕੋਈ ਨਵੇਂ ਕਿਸਾਨ ਵੀ ਜੁੜੇ ਹੋਣ, ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦੱਬ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਜੇ ਫੇਸਬੁੱਕ ਪੇਜ 'ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ। ਸੋ ਕਿਸਾਨ ਵੀਰੋ, ਉੱਚ ਤਾਪਮਾਨ ਖਾਸ ਤੌਰ 'ਤੇ ਜਿਹੜਾ ਬੂਟ ਸਟੇਜ ਤੋਂ ਲੈ ਕੇ ਉਦੋਂ ਬਾਅਦ ਇੰਥੈਸਿਸ ਹੋਣੀ ਹੈ, ਫਿਰ ਜਿਹੜਾ ਹੈਗਾ ਸੀਡ ਬਣਨਾ ਸ਼ੁਰੂ ਹੋਣਾ, ਫਿਰ ਜਿਹੜਾ ਦਾਣੇ ਪੂਰੇ ਭਰਨੇ ਆ ਨਾ, ਜਦੋਂ ਤੱਕ ਜਿਹੜਾ ਹੈਗਾ ਦਾਣਾ ਸਖਤ ਨਹੀਂ ਹੁੰਦਾ, ਜੇ ਉਦੋਂ ਤੱਕ ਤਾਪਮਾਨ ਦੇ ਵਿੱਚ ਵਾਧਾ ਹੁੰਦਾ ਤਾਂ ਉਹਦੇ ਨਾਲ ਦਾਣਾ ਪਿਚਕਣ ਦੀ ਸਮੱਸਿਆ ਕਣਕ ਦੀ ਫਸਲ 'ਚ ਆ ਸਕਦੀ, ਜਿਹਦੇ ਨਾਲ ਝਾੜ ਘੱਟਦਾ। ਹਰ ਸਾਲ ਹੀ ਦਾਣਾ ਪਿਚਕਣ ਦੀ ਥੋੜ੍ਹੀ ਬਹੁਤੀ ਸਮੱਸਿਆ ਆਉਂਦੀ ਹੈ। ਉਹਦਾ ਕਾਰਨ ਹੁੰਦਾ ਕਿ ਜਦੋਂ ਉੱਚ ਤਾਪਮਾਨ ਹੁੰਦਾ, ਜੇ ਤਾਂ ਪੋਲੀਨੇਸ਼ਨ ਵਾਰੀ ਵੈਸੇ ਐਤਕੀ ਠੀਕ ਰਿਹਾ, ਕਿਉਂਕਿ ਜਦੋਂ ਮੀਂਹ ਜੇ ਪਿਛਲੇ ਦਿਨ ਹੀ ਪੈ ਗਏ ਸੀ, ਉਹਦਾ ਟੈਂਪਰੇਚਰ ਇੱਕਦਮ ਥੱਲੇ ਚਲੇ ਗਿਆ ਸੀ। ਜੇ ਮੌਸਮ ਖਰਾਬ ਨਾ ਹੁੰਦਾ ਥੋੜ੍ਹਾ ਬਹੁਤਾ ਵੀ, ਤਾਂ ਤਾਪਮਾਨ ਹੁਣ ਨੂੰ ਬਹੁਤ ਜ਼ਿਆਦਾ ਵੱਧ ਜਾਣਾ ਸੀ। ਫਿਰ ਵੀ ਜਿਹੜਾ ਹੁਣ ਤਾਪਮਾਨ ਦਿਨ ਦਾ ਜਿਹੜਾ ਹੈਗਾ 27, 28, 29 ਡਿਗਰੀ ਤੱਕ ਪਹੁੰਚ ਗਿਆ, ਜਿਹੜਾ ਕਿ ਅਗਲੇ ਹਫ਼ਤੇ 37, 38 ਡਿਗਰੀ ਦਿਨ ਦਾ ਤਾਪਮਾਨ, ਰਾਤ ਦਾ ਤਾਪਮਾਨ ਹੁਣ ਚੱਲ ਰਿਹਾ 17, 18 ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 16, 17, 18 ਤੋਂ ਆਉਣ ਵਾਲੇ ਦਿਨਾਂ 'ਚ 19, 20 ਤੱਕ, 21 ਤੱਕ ਰਾਤ ਦਾ ਤਾਪਮਾਨ ਪਹੁੰਚ ਸਕਦਾ। ਜਿਹੜਾ ਫਸਲ ਦੇ ਸਹੀ ਵਾਧੇ, ਸਹੀ ਪਕਾਅ ਵਾਸਤੇ ਕਣਕ ਦੀ ਫਸਲ ਦਾ ਮੇਨ ਟੈਂਪਰੇਚਰ ਐਵਰੇਜ, ਮੇਨ ਮਤਲਬ ਦਿਨ ਅਤੇ ਰਾਤ ਦਾ ਰਲਾ ਕੇ ਉਹਨੂੰ 2 'ਤੇ ਵੰਡੀਏ ਤਾਂ ਉਹ ਮੇਨ ਟੈਂਪਰੇਚਰ ਆ ਜਾਂਦਾ, ਉਹ ਜਿਹੜਾ ਹੈਗਾ ਮੈਕਸੀਮਮ ਜਿਹੜਾ ਬਹੁਤ ਵਧੀਆ ਝਾੜ ਵਾਸਤੇ ਤਾਂ ਆਪਾਂ ਨੂੰ 20 ਡਿਗਰੀ ਚਾਹੀਦਾ ਜਾਂ ਉਹ ਤੋਂ ਥੱਲੇ ਹੋਵੇ। ਮੰਨ ਲਓ ਜੇ ਦਿਨ ਦਾ ਤਾਪਮਾਨ 24-25 ਜਾਂਦਾ, 26 ਜਾਂਦਾ, ਅਤੇ ਰਾਤ ਦਾ ਤਾਪਮਾਨ 14 ਜਾਂ 15 ਡਿਗਰੀ 'ਤੇ ਰਹੇ, ਤਾਂ ਟੋਟਲ ਹੋ ਗਿਆ 40/2 = 20 ਡਿਗਰੀ ਜਿਹੜਾ ਮੇਨ ਟੈਂਪਰੇਚਰ ਆ, ਇਹ ਬਹੁਤ ਵਧੀਆ ਹੁੰਦਾ। ਇਹ 'ਚ ਫਸਲ ਦਾ ਝਾੜ ਬੜਾ ਵਧੀਆ ਰਹਿੰਦਾ, ਅਤੇ ਕਿਸੇ ਵੀ ਹਾਲਾਤ 'ਚ 23 ਡਿਗਰੀ ਤੋਂ ਉੱਪਰ ਨਹੀਂ ਜਾਣਾ ਚਾਹੀਦਾ। 23 ਡਿਗਰੀ ਤੋਂ ਮੰਨ ਲਓ ਵੀ ਜੇ ਦਿਨ ਦਾ ਤਾਪਮਾਨ ਜਿਹੜਾ ਹੈਗਾ 26-27 'ਤੇ ਜਾਂਦਾ, ਰਾਤ ਦਾ ਤਾਪਮਾਨ 20 'ਤੇ ਰਹਿੰਦਾ, ਇਦੋਂ ਉੱਪਰ ਨਹੀਂ ਜਾਣਾ ਚਾਹੀਦਾ। ਪਰ ਤਾਪਮਾਨ ਆ ਜਿਹੜਾ ਹੁਣ ਵਧਣਾ ਸ਼ੁਰੂ ਹੋ ਗਿਆ, ਜਿਹੜਾ ਕਿ ਅਗਲੇ ਹਫ਼ਤੇ ਤੱਕ ਤਕਰੀਬਨ ਦਿਨ ਦਾ ਤਾਪਮਾਨ 36, 37, 38 'ਤੇ ਅਤੇ ਰਾਤ ਦਾ ਤਾਪਮਾਨ 20 'ਤੇ, ਤਾਂ ਕਾਫ਼ੀ ਜ਼ਿਆਦਾ ਮਤਲਬ 27-28 ਡਿਗਰੀ ਤੱਕ ਜਿਹੜਾ ਮੇਨ ਟੈਂਪਰੇਚਰ ਹੈ ਉਹ ਪਹੁੰਚ ਸਕਦਾ। ਇਹਦੇ ਨਾਲ ਕੀ ਹੁੰਦਾ, ਇੱਕ ਤਾਂ ਰੈਸਪੀਰੇਸ਼ਨ ਰੇਟ ਹਾਈ ਹੋ ਜਾਂਦਾ ਹਾਈ ਟੈਂਪਰੇਚਰ ਨਾਲ, ਤਾਂ ਐਨਰਜੀ ਲੋਸ ਬਹੁਤ ਹੁੰਦਾ ਬੂਟਿਆਂ 'ਚੋਂ। ਫਿਰ ਜਿਹੜਾ ਹੈਗਾ ਉੱਚ ਤਾਪਮਾਨ ਕਰਕੇ ਸਟੋ ਮੈਟਲ ਕੰਡਕਟੈਂਸ ਵੱਧ ਜਾਂਦੀ, ਜਿਹਦੇ ਨਾਲ ਹਵਾ ਦੇ ਵਿੱਚ ਪਾਣੀ ਜ਼ਿਆਦਾ ਉੱਡਣ ਲੱਗ ਪੈਂਦਾ, ਉੱਚ ਤਾਪਮਾਨ ਕਰਕੇ ਜਿਹੜੀ ਡੀਹਾਈਡਰੇਸ਼ਨ ਬੂਟਿਆਂ ਦੇ ਵਿੱਚ ਹੋ ਜਾਂਦੀ ਹੈ। ਡੀਹਾਈਡਰੇਸ਼ਨ ਹੋਣ ਨਾਲ ਫੋਟੋਸਿੰਥੈਟਿਕ ਰੇਟ ਘੱਟ ਜਾਂਦਾ, ਫੋਟੋਸਿੰਥੈਟਿਕ ਰੇਟ ਘਟਣ ਦੇ ਨਾਲ ਜਿਹੜਾ ਹੈਗਾ ਜਿਹੜੇ ਪਦਾਰਥ ਪਹਿਲਾਂ ਬੂਟੇ ਨੇ ਗੋਭ ਚਾਉਣ ਤੋਂ ਪਹਿਲਾਂ ਤਣੇ ਦੇ ਵਿੱਚ ਪੱਤਿਆਂ ਦੇ ਵਿੱਚ ਆਪਦਾ ਭੋਜਨ ਜਮ੍ਹਾਂ ਕੀਤਾ, ਜਿਹਦੇ ਨਾਲ ਦਾਣਾ ਪੂਰਾ ਭਰਨਾ ਬਣਨਾ ਹੁੰਦਾ, ਤਾਂ ਉਹ ਜਿਹੜੀ ਹੈਗੀ ਆ ਮੂਵਮੈਂਟ ਆ ਉਹ ਘੱਟ ਜਾਂਦੀ ਹੈ, ਤਾਂ ਅਲਟੀਮੇਟਲੀ ਦਾਣਾ ਪਿਚਕ ਜਾਂਦਾ ਅਤੇ ਉਹਦਾ ਭਾਰ ਘੱਟ ਜਾਂਦਾ। ਥਾਈਲੈਕੋਇਡ ਮੈਂਬਰੇਨ ਆ ਜਿਹੜੀ ਉਹ ਡੈਮੇਜ ਹੋ ਜਾਂਦੀ ਹੈ, ਜਿਹੜੀ ਜਿਹਦਾ ਕਿ ਡਾਇਰੈਕਟ ਸੰਬੰਧ ਹੈ ਫੋਟੋਸਿੰਥੈਟਿਕ ਮਤਲਬ ਭੋਜਨ ਬਣਾਉਣ ਦੀ ਪ੍ਰਕਿਰਿਆ ਦੇ ਨਾਲ। ਤਾਂ ਉੱਚ ਤਾਪਮਾਨ ਦੇ ਵਿੱਚ ਆਪਾਂ ਕੀ ਹੁੰਦਾ, ਪਾਣੀ ਬਾਰੇ ਇੱਕ ਤਾਂ ਪਾਣੀ ਆਪਾਂ ਜ਼ਰੂਰ ਫਸਲ ਨੂੰ ਦੇਣਾ ਜ਼ਰੂਰਤ ਅਨੁਸਾਰ, ਤਾਂ ਕਿ ਉਹਦੇ ਵਿੱਚ ਜਿਹੜੀ ਪਾਣੀ ਦੀ ਘਾਟ ਨਾ ਹੋਵੇ, ਡੀਹਾਈਡਰੇਸ਼ਨ ਨਾ ਹੋਵੇ। ਇੱਕ ਉਹਦਾ ਜਿਹੜਾ ਕਨੋਪੀ ਟੈਂਪਰੇਚਰ ਆ ਉਹ ਲੋਅ ਰਹੇ, ਕਿਉਂਕਿ ਜਦੋਂ ਸਟੋਮੈਟਲ ਕੰਡਕਟੈਂਸ ਤਾਂ ਹੀ ਵੱਧਦੀ ਹੈ ਕਿ ਉਹਦੇ ਵਿੱਚ ਜਦੋਂ ਪਾਣੀ ਲੋਸ ਹੁੰਦਾ ਤਾਂ ਬੂਟਿਆਂ ਦਾ ਜਿਹੜਾ ਆਪਦਾ ਤਾਪਮਾਨ ਉਹ ਘੱਟਦਾ। ਜਿਵੇਂ ਆਪਣੇ ਪਸੀਨਾ ਆਉਂਦਾ ਟੈਂਪਰੇਚਰ ਲੋਅ ਕਰਨ ਨੂੰ ਗਰਮੀਆਂ ਦੇ ਵਿੱਚ, ਤਾਂ ਉਸੇ ਤਰ੍ਹਾਂ ਬੂਟਿਆਂ ਦੇ ਵਿੱਚ ਵੀ ਸਟੋਮੈਟਲ ਕੰਡਕਟੈਂਸ ਵੱਧ ਜਾਂਦੀ, ਪਾਣੀ ਜ਼ਿਆਦਾ ਵੀ ਵਾਸ਼ਪੀਕਰਨ ਹੁੰਦਾ ਅਤੇ ਉਹਨਾਂ ਦਾ ਪੱਤਿਆਂ ਦਾ ਪੌਦਿਆਂ ਦਾ ਜਿਹੜਾ ਤਾਪਮਾਨ ਉਹ ਘੱਟਦਾ ਮੇਨਟੇਨ ਰੱਖਣ ਵਾਸਤੇ।
ਤਾਂ ਉਹਦੇ ਵਾਸਤੇ ਇੱਕ ਤਾਂ ਪਾਣੀ ਜ਼ਰੂਰੀ ਹੈ। ਕਈ ਕਿਸਾਨ ਵੀਰਾਂ ਦੇ ਕੱਲ੍ਹ ਪਰਸੋਂ ਮੈਂ ਪਾਣੀ ਬਾਰੇ ਵੀਡੀਓ ਪਾਈ, ਕਈ ਕਿਸਾਨ ਵੀਰ ਕਹਿੰਦੇ ਕਿ ਲਾਸਟ 10 ਫਰਵਰੀ 12 ਫਰਵਰੀ ਨੂੰ ਲਾਸਟ ਪਾਣੀ ਲਾਤਾ, ਤਾਂ ਕਿਸਾਨ ਵੀਰੋ ਜਿਹੜਾ ਹਰ ਸਾਲ ਤਾਪਮਾਨ ਵੱਧਦਾ, ਤੁਹਾਡਾ ਜਿਹੜਾ ਨੁਕਸਾਨ ਹੋ ਸਕਦਾ, ਕਿਰਪਾ ਕਰਕੇ ਜ਼ਰੂਰਤ ਅਨੁਸਾਰ ਜੇ ਤੁਹਾਨੂੰ ਲੱਗਦਾ ਕਿ ਨਹੀਂ ਲਾਉਣਾ ਤਾਂ ਨਾ ਲਾਓ। ਪਰ ਮੈਂ ਕਹਿੰਦਾ ਕਿ ਜਿਹੜਾ ਸਮੇਂ ਸਿਰ ਬੀਜੀ ਕਣਕ ਨੂੰ ਆਪਾਂ 24-25 ਮਾਰਚ ਤੱਕ ਵੀ ਪਾਣੀ ਦੇ ਸਕਦੇ ਹਾਂ, ਲਾਸਟ ਹਫ਼ਤੇ ਤੱਕ ਮਾਰਚ ਦੇ ਤੱਕ, ਅਤੇ ਜਿਹੜੀ ਦਸੰਬਰ 'ਚ ਬੀਜੀ ਕਣਕ ਆ ਉਹਨੂੰ ਆਪਾਂ 5-10 ਅਪ੍ਰੈਲ ਤੱਕ ਵੀ ਦੇ ਸਕਦੇ ਹਾਂ ਜੇ ਜ਼ਰੂਰਤ ਪੈਂਦੀ ਆ ਤਾਂ। ਤਾਂ ਕਰਕੇ ਤਾਪਮਾਨ ਜਿਹੜਾ ਹੈਗਾ ਫਸਲ ਦਾ ਮੇਨਟੇਨ ਰਹੇ। ਦੂਸਰਾ ਜਿਹੜਾ ਤੁਹਾਨੂੰ ਦੱਸਿਆ ਕਿ NPK 13-0-45, ਇੱਕ ਤਾਂ ਆਪਾਂ ਗੋਭ ਸਮੇਂ, ਇੱਕ ਜਿਹੜਾ ਸਿੱਟੇ ਜਦੋਂ ਨਿਕਲੇ ਦੁੱਧਾ ਭਰਨਾ ਸ਼ੁਰੂ ਹੋ ਗਿਆ ਉਦੋਂ ਆਪਾਂ ਜਿਹੜਾ ਹੈਗਾ 1-1.5 ਕਿਲੋ 2 ਕਿਲੋ ਜਿੰਨਾ ਤੁਸੀਂ ਕਰ ਸਕਦੇ ਹਾਂ ਉਹਦੀ ਸਪਰੇਅ ਜ਼ਰੂਰ ਕਰੀਏ। ਉੱਚ ਤਾਪਮਾਨ ਇੱਕ ਆਪਣਾ ਫਾਇਦਾ ਹੋ ਜਾਂਦਾ ਕਿ ਜਿਹੜੇ ਉੱਲੀ ਰੋਗ ਜਾਂ ਤੇਲਾ ਵਗੈਰਾ ਕੀੜੇ ਮਕੌੜੇ ਹੈ ਇਹਨਾਂ ਦਾ ਜਿਹੜਾ ਹਮਲਾ ਹੈ, ਇਹਨਾਂ ਦੀ ਜਿਹੜੀ ਸਪਰੇਅ ਹੈ ਆਪਣੀ ਉਹ ਜਿਹੜੀ ਹੈਗੀ ਹੈ ਬਚ ਜਾਂਦੀ ਜੇ ਤਾਪਮਾਨ ਵੱਧਦਾ। ਤਾਂ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਜ਼ਰੂਰ ਦੱਸਣਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿਸਾਨ ਦੋਸਤੋ ਬਹੁਤ।